ਜਿੱਥੇ ਕੋਈ ਨਹੀਂ ਬੁਲਾਉਂਦਾ ਤਾਂ ਉੱਥੇ ਜਾਣ ਦੀ ਕੋਈ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਕਹਿੰਦੇ ਹੁੰਦੇ ਆ ਇਹ ਜੀ ਪਿੰਡਾਂ ਦਾ ਵਿਊ ਦੇਖੋ ਕਿੰਨਾ ਬਿਊਟੀਫੁਲ ਲੱਗਦਾ ਪਿਆ। ਮੌਸਮ ਜਿਹੜਾ ਆ ਬਹੁਤ ਵਧੀਆ ਹੋ ਗਿਆ, ਬੱਦਲ ਵੀ ਹੋਏ ਹੋਏ ਆ ਤੇ ਸਾਨੂੰ ਪਹੁੰਚਣ ਨੂੰ ਅਜੇ 1 ਘੰਟਾ ਪੂਰਾ ਲੱਗਦਾ। ਵਧੀਆ ਮੌਸਮ ਵੀ ਹੋਊਗਾ। ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਆਪਾਂ ਅੱਜ ਜਾ ਰਹੇ ਹਾਂ ਸਫ਼ਰ 'ਤੇ, ਕਿੱਥੇ ਜਾ ਰਹੇ ਹਾਂ ਤੁਹਾਨੂੰ ਵਲੋਗ 'ਚ ਅੱਗੇ ਜਾ ਕੇ ਪਤਾ ਲੱਗੂਗਾ, ਅਤੇ ਇਹ ਦੇਖਣ ਲਈ ਤੁਸੀਂ ਵਲੋਗ ਨਾਲ ਬਣੇ ਰਹੋ। ਸੋ ਅਸੀਂ ਕਰ ਲਈਏ ਤਿਆਰੀ, ਇਹ ਰਹੇ ਬੱਚੇ, ਪ੍ਰੀਤੀ ਕਰੂਗੀ ਡਰਾਈਵ, ਇੱਧਰ ਰਹੇ ਵਿਪਨ ਜੀ, ਸਾਈਡ 'ਤੇ ਹੋਵੋ, ਮੈਂ ਬੈਠੂੰਗੀ ਇੱਧਰ। ਮੰਮਾ ਤੁਸੀਂ ਅੱਗੇ ਬੈਠ ਜਾਓ। ਕੋਈ ਨਹੀਂ, ਫਿਰ ਰਸਤੇ ਦਾ ਤੁਹਾਨੂੰ ਹੋ ਜਾਊਗਾ। ਨਹੀਂ ਪਾ ਜਾਓ, ਫਿਰ ਆ ਜਾਂਦੇ ਜਾਣਗੇ ਅੱਗੇ। ਹਾਂ ਚਲੇ ਵੀ ਆ, ਆ ਜਾਓ ਆ ਜਾਓ, ਆਪਾਂ ਇੱਥੇ ਬੈਠ ਜਾਣਾ। ਆ ਜਾਓ ਜੀਓ, ਕਰ ਦੋ ਯਾਰ ਕੈਮਰਾ ਮੈਂ ਫੋਟੋ। ਜੀਆ ਨੂੰ ਜ਼ਰੂਰ ਲੈ ਲਿਓ, ਕ ਛੱਡ ਜਾਈਏ। ਹਾਂ ਜੀਆ ਨੂੰ ਛੱਡ ਜਾਈਏ। ਆ ਅੱਛਾ ਆ ਰਹੀ ਆ ਤੂੰ, ਉਧਰ ਕਰੋ। ਇਹ ਪਾਣੀ ਦੀਆਂ ਬੋਤਲਾਂ, ਜੇ ਪਾਣੀ ਦੇ ਉੱਤੇ ਬਹਿ ਗਈ ਨਾ ਕੀ ਬਣੂਗਾ, ਇੱਥੇ ਪਤਾ ਵੀ ਨਹੀਂ। ਪਾਣੀ ਅੱਗੇ ਦੇ ਦੋ, ਬੋਟਲ ਸਾਨੂੰ ਰੱਖ ਲੈਣੀ ਇੱਥੇ। ਹੱਥਾਂ 'ਚ ਫੜ ਲੈਣੀ ਆ ਇਹਨਾਂ ਨੇ। ਮੈਂ ਬੋਤਲ ਅੰਦਰ ਰੱਖੀ ਆ। ਹਾਂ ਕਿਹੜੀ ਬੋਤਲ ਪੀਣ ਵਾਲੀ? ਨਹੀਂ ਕੋਈ ਨਹੀਂ, ਆ ਹੈਗੀ ਸੁੱਚੀ, ਮੈਨੂੰ ਕੋਈ ਦੀ ਲੋੜ ਨਹੀਂ, ਬਾਅਦ ਚ ਦੇਖਾਂਗੇ। ਚਲੋ ਠੀਕ ਆ, ਚਲੋ ਚਲੀਏ, ਚਲੋ ਬੈਠ ਗਏ ਬੈਠ। ਅਲਟਰਾ ਕੀਤਾ ਆਇਆ। ਸੋ ਗਾਇਸ ਅਬ ਹਮ ਨਿਕਲ ਚੁਕੇ ਹੈ। ਆ ਮੱਖੀ ਕਿਧਰੋਂ ਆ ਗਈ ਇੱਕ? ਉਹ ਸ਼ੇ ਬੋਲ ਬੋਲ ਆ ਗਿਆ। ਪਰ ਜਦੋਂ ਪੁਆਣੇ ਆ ਨਾ ਉਹ ਦੋਨੋਂ ਹੀ ਪੈਂਦੇ ਆ, ਸੈਟ ਹੀ ਪੈਂਦਾ। ਯਾਰ ਕਿੰਨੀ ਸੋਹਣੀ ਜਗ੍ਹਾ ਆ, ਫੋਨ ਜੋ ਵੀ ਸੋਹਣੀ ਆਉਂਦੀ ਹੈ। ਮੌਸਮ ਜਿਹੜਾ ਆ ਬਹੁਤ ਵਧੀਆ ਹੋ ਗਿਆ, ਬੱਦਲ ਵੀ ਹੋਏ ਹੋਏ ਆ ਤੇ ਸਾਨੂੰ ਪਹੁੰਚਣ ਨੂੰ ਅਜੇ 1 ਘੰਟਾ ਪੂਰਾ ਲੱਗਦਾ। ਵਧੀਆ ਮੌਸਮ ਵੀ ਹੋ ਗਿਆ। ਅੱਗੇ ਬੱਦਲ ਆਏ ਆ ਤਾਂ ਉਹਨੂੰ ਪ੍ਰੀਤੀ ਡਰਾਈਵ ਕਰਦੀ ਆ ਤਾਂ ਉਹਨੂੰ ਕਹਿੰਦੀ ਪਈ ਆ ਮਾਸੀ ਜੀ ਉੱਪਰ ਦੇਖੋ। ਉਹ ਕਹਿੰਦੀ ਮੈਂ ਉੱਪਰ ਦੇਖਾਂ ਜਾਂ ਮੈਂ ਅੱਗੇ ਦੇਖਾਂ, ਮੈਂ ਡਰਾਈਵ ਕਰਦੀ ਪਈ ਆ ਤੇ ਹਜੇ ਸਾਨੂੰ ਲੱਗੂਗਾ ਪੂਰਾ 1 ਘੰਟਾ। ਪਿੰਡਾਂ ਦਾ ਵਿਊ ਦੇਖੋ ਕਿੰਨਾ ਬਿਊਟੀਫੁਲ ਲੱਗਦਾ ਪਿਆ, ਤੇ ਅਸੀਂ ਪਹੁੰਚ ਗਏ ਜਿੱਥੇ ਪਹੁੰਚਣਾ ਸੀ। ਕੁੱਪ ਸੀਗਾ ਪਿੱਛੇ, ਇਹਨੂੰ ਕੁੱਪ ਕਹਿੰਦੇ ਆ, ਤੂੜੀ ਵਾਲਾ ਕੁੱਪ। ਹਾਂ ਉਧਰਲੀ ਸਾਈਡ ਮੀਂਹ ਪੈਂਦਾ ਪਿਆ, ਬੱਦਲ ਵੀ ਹੋਇਆ ਹੈ ਨਾ। ਪਿੰਡਾਂ ਦੀਆਂ ਗਲੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਦੇਖ ਲਾ। ਇਹਦੇ ਨਾਲ ਹਵਾ ਫਿਲਟਰ। ਹਾਂ
ਫਾਈਨਲੀ ਹੁਣ ਅਸੀਂ ਚੱਲੇ ਹਾਂ ਘਰੇ ਤੇ ਜਿਹੜੀ ਧੁੱਪ ਹੈਗੀ ਆ ਦੇਖੋ ਤੁਸੀਂ ਕਿੰਨੀ ਜ਼ਿਆਦਾ ਆ ਸਿਖਰ ਤੇ ਆ ਇਹਦਾ ਸੋ ਹਾਂਜੀ ਚੱਲੇ ਆ ਜਲੰਧਰ ਨੂੰ ਹਾਂਜੀ ਚਲੋ ਬਹਿ ਲਓ ਹਾਂਜੀ ਗੁਰੂ ਪਿਆਰ ਸਾਹਿਬ ਸਾਹਿਬ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਪ ਤੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਫਿਲਹਾਲ ਨਾ ਮੈਂ ਗਈ ਸੀਗੀ ਹੁਣੇ ਸ਼ੋਪ 'ਤੇ ਅਤੇ ਮੈਂ ਲੈ ਕੇ ਆਈ ਸੀਗੀ ਉੱਥੋਂ ਦੀ ਰਾਈ ਕਿਉਂਕਿ ਅੱਜ ਮੰਮਾ ਨੇ ਰਾਈ ਆ ਮਤਲਬ ਸਰੋਂ ਅਤੇ ਰਾਈ ਇੱਕੋ ਹੀ ਚੀਜ਼ ਹੁੰਦੀ ਆ ਸ਼ਕਲ ਤਾਂ ਇਹਦੀ ਉੱਦਾਂ ਦੀ ਆ ਉਹੀ ਉਹੀ ਆ ਰਾਈ ਅਤੇ ਸਰੋਂ ਇੱਕੋ ਚੀਜ਼ ਹੁੰਦੀ ਆ ਆ ਰਹੀ ਜਿਹੜੀ ਕਿ ਮੈਂ ਲੈ ਕੇ ਆਈ ਸੀਗੀ ਅੰਕਲ ਕਹਿ ਰਹੇ ਸੀਗੇ ਕਿ ਖੁੱਲ੍ਹੀ ਹੈ ਨਹੀਂ ਵੈਸੇ ਖੁੱਲ੍ਹੀ ਉਸ ਦਿਨ ਹੀ ਕਰਨੀ ਚਾਹੀਦੀ ਇਸ ਕਰਕੇ ਮੈਂ ਅੰਕਲ ਨੂੰ ਪੈਕਟ ਹੀ ਕਿਹਾ ਮੈਂ ਕਿਹਾ ਤੁਸੀਂ ਪੈਕਟ ਹੀ ਦਿਓ ਅਤੇ ਅੱਜ ਮੰਮਾ ਨੇ ਬਣਾਇਆ ਆ ਢੋਕਲਾ ਤੋ ਐਕਚੁਲੀ ਨਾ ਮੈਂ ਚਲੇ ਗਈ ਨਾ ਆਉਣ ਮੈਨੂੰ ਮੰਮਾ ਨੇ ਕਿਹਾ ਸੀਗਾ ਕਿ ਤੂੰ ਨਾ ਇੰਡਕਸ਼ਨ ਬੰਦ ਕਰਕੇ ਅਤੇ ਜਿਹੜੀਆਂ ਕੌਲੀਆਂ ਨਾ ਪਤੀਲੇ 'ਚ ਰੱਖੀਆਂ ਸਮੈਲ ਵੀ ਆਉਂਦੀ ਪਈ ਆ ਸਾੜ ਤਾਂ ਨਹੀਂ ਦਿੱਤਾ ਕਿਤੇ ਉਹਨੂੰ ਪਤੀਲਾ ਸੜ ਗਿਆ ਆ ਲੇਕਿਨ ਢੋਕਲਾ ਨਹੀਂ ਸੜਿਆ ਉਹ ਬਚ ਗਿਆ ਆ ਅਤੇ ਫਿਰ ਨਾ ਮੈਂ ਜਦੋਂ ਨਹਾ ਕੇ ਆਈ ਉਹ ਪਤੀਲਾ ਚੰਗੀ ਤਰ੍ਹਾਂ ਸੜ ਚੁੱਕਾ ਸੀਗਾ ਮੈਨੂੰ ਮੰਮਾ ਨੇ ਕਿਹਾ ਕਿ ਤੂੰ ਕੀਤਾ ਬੰਦ ਮੈਂ ਕਿਹਾ ਨਹੀਂ ਮੈਨੂੰ ਯਾਦ ਨਹੀਂ ਰਿਹਾ ਫਿਰ ਉਸ ਤੋਂ ਬਾਅਦ ਮੰਮੀ ਕਹਿੰਦੇ ਕਿ ਤੁਹਾਡੇ 'ਤੇ ਨਾ ਤਾਂ ਕੋਈ ਜ਼ਿੰਮੇਵਾਰੀ ਛੱਡਣੀ ਨਹੀਂ ਚਾਹੀਦੀ ਅਤੇ ਹੁਣ ਮੈਂ ਉਹ ਜਿਹੜਾ ਕੀ ਆ ਬੰਦ ਕਰਕੇ ਆਈ ਹਾਂ ਢੋਕਲਾ ਵਗੈਰਾ ਮੈਂ ਬਾਹਰ ਕੱਢ ਦਿੱਤਾ ਇਹਨੂੰ ਮੈਂ ਕਿਹਾ ਤੂੰ ਬੰਦ ਕਰਦੇ ਮੈਂ ਥੋੜ੍ਹੀ ਦੇਰ ਲੇਟ ਗਈ ਮੇਰੇ ਨਾ ਹੁਣ ਪੈਰ ਨੂੰ ਇੱਕਦਮ ਪਤਾ ਨਹੀਂ ਕੀ ਆ ਪੈਰ ਨੂੰ ਮੋਚ ਆ ਗਈ ਤਾਂ ਥੋੜ੍ਹਾ ਜਿਹਾ ਮੇਰੇ ਮੈਂ ਡਿੱਗ ਪਈ ਥੋੜ੍ਹੀ ਜਿਹੀ ਸੱਟ ਲੱਗੀ ਮੇਰੇ ਪੈਰ 'ਤੇ ਅਤੇ ਹੱਥ ਮੇਰਾ ਠੋਕ ਹੋ ਗਿਆ ਅਤੇ ਹੋਇਆ ਕੀ ਸੀ ਕਿ ਕੋਈ ਕਬਾੜ ਦਾ ਸਮਾਨ ਪਿਆ ਹੋਇਆ ਸੀ ਅਤੇ ਕਬਾੜੀਆ ਆਇਆ ਸੀ ਅਤੇ ਉਹ ਸਾਰਾ ਚੁਕਵਾਉਣਾ ਸੀ ਕੁਝ ਸਮਾਨ ਵਿੱਚ ਹੈਵੀ ਸੀ ਇਹਦੇ ਪਾਪਾ ਤਾਂ ਮੈਂ ਚੱਕਣ ਲੱਗ ਪਏ ਉਹ ਪਤਾ ਨਹੀਂ ਮੇਰਾ ਪੌੜੀ ਤੋਂ ਪੈਰ ਸਲਿੱਪ ਕੀਤਾ ਜਾਂ ਮੇਰਾ ਪੈਰ ਮੁੜ ਗਿਆ ਜਾਂ ਕੀ ਹੋਇਆ ਅਤੇ ਚਲੋ ਇਹ ਕਿ ਬਚਾਅ ਹੋ ਗਿਆ ਇਹਨੂੰ ਮੈਂ ਥੋੜ੍ਹਾ ਲੇਟ ਗਈ ਇਹਨੂੰ ਮੈਂ ਕਿਹਾ ਤੂੰ ਬੰਦ ਕਰ ਦੇ ਇੰਡਕਸ਼ਨ ਤਾਂ ਇਹਨੇ ਬੰਦ ਨਹੀਂ ਕੀਤਾ ਸ਼ਾਇਦ ਉਹ ਬਿਲਕੁਲ ਕਾਲਾ ਹੋ ਗਿਆ ਨਹੀਂ ਜ਼ਿਆਦਾ ਕਾਲਾ ਨਹੀਂ ਹੋਇਆ ਚਿੱਟਾ ਹੋ ਗਿਆ ਕਰ ਦਿਓ ਹੋਰ ਕਰ ਦਿਓ ਉਹਨੂੰ ਕੁਛ ਪਾਣੀ ਸੀਗਾ ਨਾ ਚਿੱਟਾ ਹੋ ਗਿਆ ਤੇ ਫਿਲਹਾਲ ਮੈਂ ਜਿਹੜਾ ਲਗਾਉਂਗੀ ਢੋਕਲੇ ਨੂੰ ਤੁੜਕਾ ਲਗਾਉਂਗੀ ਢੋਕਲਾ ਕੀ ਹੁੰਦਾ ਆ ਢੋਕਲਾ ਹਾਂ ਢੋਕਲਾ ਢੋਕਲਾ ਹੀ ਹੁੰਦਾ ਆ ਪੰਜਾਬੀ ਚ ਕਹੋ ਤਾਂ ਢੋਕਲਾ ਨਹੀਂ ਤੁਹਾਡੀ ਹਿੰਦੀ ਦੇ ਵਿੱਚ ਢੋਕਲਾ ਤੇ ਮੈਂ ਆਪਣੇ ਵਾਸਤੇ ਆਂਦੀ ਆਂਦੀ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਈ ਜਿੱਚੋ ਮੈਂ ਇੱਕ ਪੈਕਟ ਹੈ ਖਤਮ ਕਰ ਚੁੱਕੀ ਹਾਂ ਰੱਬ ਦੀ ਕਿਰਪਾ ਨਾਲ ਸਵੇਰ ਦੀ ਉੱਠ ਕੇ ਮੈਂ ਕਰ ਰਹੀ ਸੀ ਆਪਣੀ ਸਟੱਡੀ ਹੁਣ ਮੈਂ ਵੈਸੇ ਅੱਜ ਕੱਲ ਦਾ ਜਿਹੜਾ ਮੌਸਮ ਚੱਲਣ ਲੱਗਾ ਹੈ ਨਾ ਬਰਸਾਤ ਦਾ ਮੌਸਮ ਜਿਹੜਾ ਹੁੰਦਾ ਆ ਇਹਦੇ ਵਿੱਚ ਤਾਂ ਬਾਹਰਲਾ ਕੁਝ ਵੀ ਨਹੀਂ ਖਾਣਾ ਚਾਹੀਦਾ ਚਾਹੇ ਉਹ ਆ ਪੈਕਟ ਸ਼ੈਕਟ ਆ ਲਈ ਪੈਕਟਸ ਨਾਲ ਗਾਇਸ ਕੁਝ ਨਹੀਂ ਹੁੰਦਾ ਪਕੌੜੇ ਨਹੀਂ ਖਾਣੇ ਚਾਹੀਦੇ ਇਸ ਤਾਂ ਕੋਈ ਵੀ ਨਹੀਂ ਖਾਣੀ ਚਾਹੀਦੀ ਕੱਲ ਮੈਂ ਪਕੌੜੇ ਖਾ ਲਏ ਕੱਲ ਗਲਤੀ ਕੀਤੀ ਅਸੀਂ ਆਂਦੇ ਹੋਏ ਫੰਕਸ਼ਨ ਤੇ ਗਏ ਸੀ ਆਂਦੇ ਹੋਏ ਅਸੀਂ ਲੱਸੀ ਤੇ ਪਕੌੜੇ ਲੈ ਲਏ ਉਹ ਇਹਨਾਂ ਨੇ ਖਾਦੇ ਹਜੇ ਕਿ ਮੈਂ ਇੰਨਾ ਕਿ ਟੇਸਟ ਜਿਹੜਾ ਜ਼ਰੂਰ ਚ ਕੀਤਾ ਆ ਪਰ ਇਹਦਾ ਗਲਾ ਜਿਹੜਾ ਗਲਦਾ ਨਾ ਬਸ ਇਹਦਾ ਖਰਖਰੀ ਲੱਗੀ ਹੋਈ ਰਾਤ ਨੂੰ ਤਾਂ ਇੰਨੀ ਜ਼ਿਆਦਾ ਹੋ ਗਈ ਸੀਗੀ ਨਾ ਰਾਤ ਨੂੰ ਤਾਂ ਬਹੁਤ ਹੋ ਗਈ ਸੀ ਸਾਰੇ ਸੁੱਤੇ ਹੋਏ ਸੀ ਮੈਂ ਇਕੱਲੀ ਐਂ ਕਰਦੀ ਪਈ ਸੀ ਕਿਉਂਕਿ ਇਸ ਮੌਸਮ ਦੇ ਵਿੱਚ ਨਾ ਤਕਰੀਬਨ ਕੀ ਹੁੰਦਾ ਆ ਕਹਿ ਦਿੰਦੇ ਆ ਨਾ ਕਿ ਕੜੀ ਨਹੀਂ ਬਣਾਉਣੀ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਘੱਟ ਖਾਣੀਆਂ ਚਾਹੀਦੀਆਂ ਉਹ ਕਿਉਂ ਘੱਟ ਖਾਣੀਆਂ ਚਾਹੀਦੀਆਂ ਜਾਂ ਕੜੀ ਕਿਉਂ ਨਹੀਂ ਖਾਣੀ ਚਾਹੀਦੀ ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਹਰਿਆਲੀ ਦੇ ਨਾਲ ਨਾਲ ਨਾ ਇਹਨਾਂ ਦਿਨਾਂ ਦੇ ਵਿੱਚ ਹਰਿਆਲੀ ਬਹੁਤ ਹੁੰਦੀ ਆ ਅਤੇ ਹੋਰ ਜਿਹੜੇ ਆ ਕੀਟਾਣੂ ਜਾਂ ਕੀਟ ਪਤੰਗੇ ਜਾਂ ਛੋਟੇ ਛੋਟੇ ਜਾਨਵਰ ਇੰਨੇ ਕੁ ਪੈਦਾ ਹੋ ਜਾਂਦੇ ਆ ਕਿਉਂਕਿ ਉਹ ਹੀ ਫਿਰ ਗਾਵਾਂ ਮੱਝਾਂ ਨੇ ਖਾਣਾ ਤਾਂ ਉਹਦੇ ਨਾਲ ਉਹ ਦੁੱਧ ਦੇ ਵਿੱਚ ਵੀ ਜਿਹੜਾ ਹੈ ਨਾ ਉਹ ਜਿਹੜਾ ਹੈ ਉਹਨਾਂ ਦਾ ਕੁਛ ਜ਼ਹਿਰ ਹੋਵੇ ਜਾਂ ਇਨਫੈਕਸ਼ਨ ਆ ਉਹ ਜਾਂਦੀ ਆ ਅਤੇ ਦੁੱਧ ਨੂੰ ਵੀ ਕਹਿੰਦੇ ਆ ਕਿ ਤਿੰਨ ਚਾਰ ਉਬਾਲੇ ਦਵਾ ਕੇ ਤਾਂ ਫਿਰ ਉਹਨੂੰ ਯੂਜ਼ ਕਰਨਾ ਚਾਹੀਦਾ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਜਾਂ ਕੜੀ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਇਸੇ ਕਰਕੇ ਕਹਿੰਦੇ ਕਿ ਇਸ ਮਹੀਨੇ ਥੋੜ੍ਹੀਆਂ ਸਾਉਣ ਦੇ ਮਹੀਨੇ ਕੜੀ ਨਹੀਂ ਖਾਏਗੀ ਉਹਦਾ ਇਹੀ ਕਾਰਨ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਅਤੇ ਬਾਹਰਲੀ ਚੀਜ਼ ਤਾਂ ਸਾਨੂੰ ਬਿਲਕੁਲ ਵੀ ਜਿਹੜੀ ਆ ਉਹ ਅੱਜ ਕੱਲ੍ਹ ਫਰੂਟ ਵੀ ਖਰਾਬ ਆ ਰਿਹਾ ਤਕਰੀਬਨ ਸਬਜ਼ੀਆਂ ਵੀ ਜਿਹੜੀਆਂ ਨਾ ਕੋਈ ਸਬਜ਼ੀ ਸਹੀ ਹੈ ਸਬਜ਼ੀਆਂ ਵੀ ਖਰਾਬ ਆ ਰਹੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਪਾਣੀ ਜਿਹੜਾ ਫਿਰ ਜਾਂਦਾ ਹੈ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਉਹਦੇ ਨਾਲ ਚੀਜ਼ਾਂ ਖਰਾਬ ਹੋ ਜਾਂਦੀਆਂ
ਫਿਲਹਾਲ ਆਪਾਂ ਗੱਲ ਇੱਥੇ ਸਟਾਪ ਕਰਕੇ ਢੋਕਲੇ ਨੂੰ ਜਿਹੜਾ ਤੁੜਕਾ ਲਗਾਵਾਂਗੇ। ਕਾਲੀਆਂ ਪੈਣ ਲੱਗੀਆਂ ਐ ਕਿ ਬਸ ਫਟਾਫਟ ਯਾਰ ਉਹਦਾ ਵੀ ਸ਼ਾਟ ਬਣਾਣਾ ਆ ਨਾ, ਉਹਦਾ ਸ਼ਾਟ ਬਣਾਣਾ ਆ, ਉਹ ਵੀ ਖਾਣਾ ਆ ਮੈਂ। ਖਾਓ ਫਿਰ ਉਹ ਹਜੇ ਕਿ ਮੈਂ ਸਮਝਾ ਕੇ ਹਟੀ ਆ, ਪਰ ਇਹਨਾਂ ਬੱਚਿਆਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਅਸੀਂ ਖਾਣਾ ਹੀ ਖਾਣਾ ਆ, ਜੋ ਮਰਜ਼ੀ ਹੋ ਜਾਏ, ਬਾਅਦ ਵਿੱਚ ਸਾਨੂੰ ਪੈਟੋਸੈਕ ਲੈਣੀ ਪੈ ਜਾਏ, ਔਸਲਿਟ ਲੈਣਾ ਪੈ ਜਾਏ, ਇਨੋ ਲੈਣੀ ਪੈ ਜਾਏ, ਜਵੈਣ ਖਾਣੀ ਪੈ ਜਾਏ, ਜੋ ਮਰਜ਼ੀ ਆ। ਇਨੋ ਪਤਾ ਕਿੰਨੀ ਟੇਸਟੀ ਹੁੰਦੀ ਆ, ਇਨੋ ਬਹੁਤ ਟੇਸਟੀ ਹੁੰਦੀ ਆ। ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਅਸੀਂ ਬਾਹਰਲੀਆਂ ਚੀਜ਼ਾਂ ਦੇ ਨਾਲ, ਉਹ ਅਸੀਂ ਖਾਣਾ ਹੀ ਖਾਣਾ ਆ। ਟਿਫਨ ਲੈ ਕੇ ਫਿਲਹਾਲ ਮੈਂ ਢੋਕਲੇ ਨੂੰ ਤੁੜਕਾ ਲਾ ਦਵਾਂ, ਇਹਦੀ ਨੀਤ ਪਟਕੀ ਜਾਂਦੀ ਆ। ਇਹ ਮੇਰੇ ਕੋਲ ਬਹੁਤ ਵੱਡਾ ਡੋਂਗਾ ਆ ਤੇ ਇਹਦੇ ਵਿੱਚ ਮੇਵ ਵਾਲਾ ਸਟੈਂਡ ਰੱਖ ਕੇ ਤਾਂ ਇਹ ਤਿੰਨੇ ਕਟੋਰੀਆਂ ਮੈਂ ਇੱਦਾਂ ਰੱਖੀਆਂ ਹੋਈਆਂ ਸੀਗੀਆਂ ਇਹਦੇ ਵਿੱਚ, ਤਾਂ ਉਹ ਪਾਣੀ ਸੁੱਕ ਗਿਆ ਤਾਂ ਜਿਹਦੇ ਕਰਕੇ ਥੋੜ੍ਹਾ ਜਿਹਾ ਨਿਸ਼ਾਨ ਉਹਦੇ ਵਿੱਚ ਪੈ ਗਿਆ। ਵੈਸੇ ਜਲਿਆ ਨਹੀਂ ਹੈ, ਸਾਫ਼ ਹੋ ਜਾਊਗਾ, ਥੋੜ੍ਹਾ ਜਿਹਾ ਸਕ੍ਰੱਬ ਕਰੂੰਗੀ ਅਤੇ ਸਾਫ਼ ਹੋ ਜਾਊਗਾ। ਤਾਂ ਇਹ ਮੈਂ ਤਿੰਨ ਕਟੋਰੀ ਜਿਹੜਾ ਆ ਵੀ ਉਹ ਢੋਕਲਾ ਬਣਾਇਆ, ਇਹ ਬਿਲਕੁਲ ਠੰਡਾ ਹੋ ਚੁੱਕਾ, ਇਹਨੂੰ ਆਪਾਂ ਕੱਢ ਲਾਂਗੇ ਤਾਂ ਇਹਦੇ ਉੱਤੇ ਆਪਾਂ ਇਹਦੀ ਜਿਹੜੀ ਤੁੜਕਾ ਆ ਆਪਾਂ ਉਹ ਤਿਆਰ ਕਰਾਂਗੇ। ਅਤੇ ਜਿਹੜਾ ਢੋਕਲੇ ਨੂੰ ਤੁੜਕਾ ਆ ਉਹ ਕੜੀ ਪੱਤੇ ਤੋਂ ਬਿਨਾਂ ਨਹੀਂ ਲੱਗ ਸਕਦਾ, ਅਤੇ ਕੜੀ ਪੱਤਾ ਆਪਾਂ ਫਰੈਸ਼ ਤੋੜ ਕੇ ਲੈ ਕੇ ਆਵਾਂਗੇ ਬਾਹਰੋਂ। ਅੱਜ ਅੱਜ ਦੇਖੋ ਬਾਹਰ ਕਿੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਆ, ਸੂਰਜ ਬਿਲਕੁਲ ਸਿਰ ਦੇ ਉੱਤੇ ਆ, ਅਤੇ ਆ ਰਿਹਾ ਕੜੀ ਪੱਤਾ ਜਿਹੜਾ ਕਿਵੇਂ ਤੋੜਨਾ। ਅਤੇ ਆਹ ਦੇਖੋ ਲੱਗਾ ਹੋਇਆ ਮਧੂਮੱਖੀਆਂ ਦਾ ਛੱਤਾ ਬਹੁਤ ਵੱਡਾ, ਅਤੇ ਇਹ ਹੈਗਾ ਅਮਰੂਦ ਦਾ ਪੇੜ, ਇਹ ਅਮਰੂਦ ਵੀ ਲੱਗੇ ਹੁੰਦੇ ਆ, ਆਪਾਂ ਇਸੇ ਡਰ ਕਰਕੇ ਨਹੀਂ ਉਤਾਰੇ ਕਿ ਉੱਥੇ ਮਧੂਮੱਖੀਆਂ ਦਾ ਛੱਤਾ ਆ। ਵੈਸੇ ਉਤਾਰੇ ਵੀ ਸੀਗੇ ਥੋੜ੍ਹੇ ਜਿਹੇ, ਲੇਕਿਨ ਉਹ ਖਰਾਬ ਨਿਕਲੇ ਸੀਗੇ। ਇੱਥੋਂ ਤੋੜਾਂ, ਇੱਥੋਂ ਤੋੜਾਂ, ਮੈਨੂੰ ਇਹ ਵੀ ਡਰ ਰਹਿੰਦਾ ਕਿ ਮੈਂ ਇਹਨੂੰ ਵੀ ਜ਼ਿਆਦਾ ਨਾ ਕਰਾਂ। ਉਹ ਆ ਰਿਹਾ ਬਿਲਕੁਲ ਫਰੈਸ਼ ਫਰੈਸ਼ ਕੜੀ ਪੱਤਾ, ਥੋੜ੍ਹਾ ਜਿਹਾ ਤੋੜ ਕੇ ਲੈ ਕੇ ਜਾਵਾਂਗੇ। ਸਾਰਾ ਹੀ ਟੁੱਟ ਗਿਆ, ਹੁਣ ਅੰਦਰ ਜਾ ਕੇ ਕਰੂੰਗੀ ਸਹੀ। ਇਸਕੋ ਹਮ ਲਗਾਏਂਗੇ ਇਧਰ, ਹਮ ਆਪੇ ਧੋ ਕੇ ਪਾ ਦੇਣਗੇ। ਫਿਰ ਹੋ ਰਿਹਾ ਢੋਕਲੇ ਦਾ ਤੁੜਕਾ ਜਿਹੜਾ ਉਹ ਤਿਆਰ ਹੋ ਰਿਹਾ ਹੈ, ਐਂਡ ਇੱਧਰ ਜਿਹੜਾ ਹੈਗਾ ਢੋਕਲਾ ਉਹ ਕੌਲੀਆਂ ਦੇ ਵਿੱਚੋਂ ਨਿਕਾਲਿਆ ਜਾ ਰਿਹਾ, ਇੱਥੇ ਰੱਖਣੇ ਆ ਹੁਣ। ਆ ਦੇਖੋ ਕਿੰਨਾ ਸੌਫਟ ਸੌਫਟ ਬਣਿਆ, ਬੜਾ ਸੌਫਟ ਬਣਿਆ। ਇੱਧਰੋਂ ਵੀ ਨਿਕਲ ਰਿਹਾ, ਤੁੜਕੇ ਸਿੰਪਲੀ ਕੁਛ ਨਹੀਂ ਕੀਤਾ, ਸਰੋਂ ਦਾ ਤੇਲ ਪਾ ਕੇ ਉਹਦੇ ਵਿੱਚ ਰਾਈ ਜਿਹੜੀ ਆ ਉਹ ਥੋੜ੍ਹੀ ਜਿਹੀ ਆਪਾਂ ਕੀ ਕਹਿੰਦੇ ਹੁੰਦੇ ਆ ਮਾਂ ਭੁੰਨ ਲਈ ਸੀਗੀ। ਉਸ ਤੋਂ ਬਾਅਦ ਨਮਕ ਪਾਇਆ ਥੋੜ੍ਹਾ, ਅਤੇ ਸਾਡੀ ਟੈਂਪਰਿੰਗ ਜਿਹੜੀ ਆ ਉਹ ਰੈਡੀ ਹੋ ਰਹੀ ਆ। ਉਹ ਦੇਖੋ ਆ ਰਿਹਾ ਨਮਕ ਪੈ ਗਿਆ, ਵੈਸੇ ਕਈ ਨਾ ਇਹਦੇ ਉੱਤੇ ਅਦਰਕ ਵੀ ਪਾਉਂਦੇ ਆ, ਪਰ ਅਦਰਕ ਕਈਆਂ ਨੂੰ ਚੰਗਾ ਲੱਗਦਾ, ਕਈਆਂ ਨੂੰ ਨਹੀਂ ਚੰਗਾ ਲੱਗਦਾ। ਮੈਨੂੰ ਇਹਦੇ ਉੱਤੇ ਅਦਰਕ ਬਿਲਕੁਲ ਵੀ ਪਸੰਦ ਨਹੀਂ। ਇਹ ਇਹਦੇ ਉੱਤੇ ਜਿਹੜਾ ਤੁੜਕਾ ਇਸ ਕਰਕੇ ਪਾਇਆ ਜਾਂਦਾ ਤਾਂ ਕਿ ਇਹ ਜਿਹੜਾ ਢੋਕਲਾ ਸਾਡਾ ਹੋਰ ਵੀ ਜ਼ਿਆਦਾ ਸੌਫਟ ਹੋ ਜਾਏ, ਕਿਉਂਕਿ ਕਾਫੀ ਸੁੱਕਾ ਹੁੰਦਾ ਨਾ ਕਾਫੀ ਜ਼ਿਆਦਾ, ਅਤੇ ਇਹ ਹੋਰ ਵੀ ਸੌਫਟ ਹੋ ਜਾਂਦਾ ਹੈ। ਹੁਣ ਅਸੀਂ ਇਹਨੂੰ 5 ਮਿੰਟ ਇੱਦਾਂ ਹੀ ਛੱਡ ਦਾਂਗੇ, ਅਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਇੱਥੇ ਸਿਰਫ ਬਚਿਆ ਆ ਫੋਨ ਜਿਹਦੇ ਨਾਲ ਆਪਾਂ ਟਾਈਮ ਪਾਸ ਕਰ ਰਹੇ ਹਾਂ, ਨਹੀਂ ਤਾਂ ਮੈਂ ਆਪਣਾ ਫੋਨ ਤੇ ਕੰਮ ਕਰ ਲੈਂਦੀ ਹਾਂ ਜਾਂ ਮੰਮਾ ਨੇ ਵਲੌਗ ਐਡਿਟ ਕਰਨਾ ਆ ਕੁਛ ਵੀ, ਤੇ ਉਦੋਂ ਤੱਕ ਪਾਪਾ ਜਿਹੜੇ ਉਹ ਕੰਪਿਊਟਰ ਚਲਾ ਲੈਂਦੇ ਸੀਗੇ।
ਤੇ ਜਾਂ ਫਿਰ ਮੈਂ ਕੰਪਿਊਟਰ ਚਲਾ ਲੈਂਦੇ ਸੀ, ਪਾਪਾ ਫੋਨ ਫੋਨ ਚਲਾ ਲੈਂਦੇ ਸੀ। ਹੁਣ ਕੁਛ ਵੀ ਨਹੀਂ, ਮਤਲਬ ਕਿ ਉਹ ਪੀ ਸੀ ਲੈ ਗਏ ਹੋਏ ਆ, ਸਾਡਾ ਟਾਈਮ ਪਾਸ ਇੰਨਾ ਵਧੀਆ ਨਹੀਂ ਹੋ ਰਿਹਾ। ਪੀ ਸੀ 'ਤੇ ਤਾਂ ਚਲੋ ਕੋਈ ਗੱਲ ਨਹੀਂ, ਉਹ ਦੋਨੋਂ ਜਣੇ ਵੀ ਚਲੇ ਗਏ, ਇਸ ਕਰਕੇ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਹੈਗਾ। ਅਤੇ ਕਿਉਂਕਿ ਜਦੋਂ ਹੁੰਦੇ ਆ ਨਾ, ਮਤਲਬ ਕਹਿੰਦੇ ਕਿ ਹਰ ਇੱਕ ਬੰਦੇ ਦੀ ਆਪਣੀ ਰੌਣਕ ਹੁੰਦੀ ਹੈਗੀ ਆ, ਅਤੇ ਉਹਨਾਂ ਦੀ ਆਪਣੀ ਰੌਣਕ ਆ, ਅਤੇ ਉਹਨਾਂ ਨੇ ਆ ਜਾਣਾ ਹੈਗਾ ਥੋੜ੍ਹੇ ਦਿਨਾਂ ਤੱਕ, ਮਤਲਬ 3-4 ਦਿਨ ਉਹਨਾਂ ਨੂੰ ਲੱਗਣੇ ਹੈਗੇ। ਉਹਨਾਂ ਨੂੰ ਕਾਫੀ ਅੱਛਾ ਪ੍ਰੋਜੈਕਟ ਮਿਲਿਆ ਆ ਅਤੇ ਉਹ ਉਹਦੇ 'ਤੇ ਹੀ ਵਰਕ ਕਰਦੇ ਪਏ ਆ ਉੱਥੇ, ਅਤੇ ਇਸ ਕਰਕੇ ਉਹਨਾਂ ਨੂੰ ਉੱਥੇ ਪੀ ਸੀ ਵੀ ਲੈ ਕੇ ਜਾਣਾ ਪਿਆ। ਬਾਕੀ ਹੁਣ ਜਿਹੜਾ ਡੋਸਾ ਆ ਉਹ ਸਾਡਾ ਰੈਡੀ ਹੋ ਗਿਆ ਆ, ਅਤੇ ਡੋਸਾ ਮੈਂ ਜਿਹੜਾ ਹੈਗਾ ਉਹ ਠੰਡਾ ਹੋ ਰਿਹਾ ਹਜੇ, ਫਿਰ ਮੈਂ ਉਹ ਥੋੜ੍ਹੀ ਦੇਰ ਤੱਕ ਖਾਊਂਗੀ। ਐਂਡ ਫਿਲਹਾਲ ਜਿਹੜੀਆਂ ਮੈਂ ਚੀਜ਼ਾਂ ਚੀਜ਼ਾਂ ਲੈ ਕੇ ਆਈ ਸੀ ਉਹ ਖਾਊਂਗੀ, ਨਾਲ ਦੇਖੂੰਗੀ ਮੈਂ ਮੂਵੀ। ਇਹ ਨਾ ਇਹ ਹੈਰੀਡੇਟਰੀ ਮੂਵੀ ਆ, ਹੋਰਰ ਮੂਵੀ ਆ, ਅਤੇ ਉਹ ਮੈਂ ਦੇਖਣੀ ਸਟਾਰਟ ਕੀਤੀ ਆ। ਪਾਰਸ ਭਾਅ ਜੀ ਕਹਿ ਰਹੇ ਸੀਗੇ ਕਿ ਮੈਂ ਦਿਖਾਊਂਗਾ ਤੈਨੂੰ ਮੂਵੀ ਉਹ ਵਾਲੀ, ਲੇਕਿਨ ਫਿਰ ਉਹ ਚਲੇ ਗਏ, ਇਸ ਕਰਕੇ ਹੁਣ ਮੈਂ ਖੁਦ ਹੀ ਉਹਨੂੰ ਦੇਖ ਰਹੀ ਹਾਂ ਅਤੇ ਉੱਤੇ ਲਗਾ ਕੇ। ਅਤੇ ਮੇਰਾ ਇੰਟਰਸਟ ਜਿਹਾ ਕਾਫੀ ਬਣਿਆ ਹੋਇਆ, ਕਿਉਂਕਿ ਮੈਨੂੰ ਉੱਦਾਂ ਵੀ ਹੋਰਰ ਮੂਵੀਜ਼ ਕਾਫੀ ਵਧੀਆ ਲੱਗਦੀਆਂ ਆ, ਅਤੇ ਇੱਕ ਮੈਨੂੰ ਹੋਰਰ ਮੂਵੀ ਵਧੀਆ ਲੱਗਦੀਆਂ, ਇੱਕ ਮੈਨੂੰ ਲੱਗਦੀ ਆ ਪੰਜਾਬੀ ਮੂਵੀਜ਼ ਵਧੀਆ, ਜਿਹੜੀਆਂ ਕਿ ਫੁੱਲ ਕਾਮੇਡੀ ਹੁੰਦੀਆਂ ਆ। ਅਤੇ ਬਾਕੀ ਮੈਂ ਤੁਹਾਡੇ ਨਾਲ ਅੱਗੇ ਵਲੌਗ ਸ਼ੇਅਰ ਕਰੂੰਗੀ, ਅਤੇ ਤੁਸੀਂ ਵਲੌਗ ਨਾਲ ਬਣੇ ਰਹੋ। ਕਿੱਦਾਂ ਦਾ ਬਣਿਆ ਢੋਕਲਾ? ਪਾਪਾ ਖਾ ਗਏ ਸਾਰਾ, ਉਹਨਾਂ ਨੂੰ ਪਸੰਦ ਹੀ ਬੜਾ ਆਇਆ ਢੋਕਲਾ। ਇਹਨਾਂ ਦਾ ਵੀ, ਪਾਰਸ ਦਾ ਵੀ, ਸਾਰਿਆਂ ਦਾ ਬਹੁਤ ਜ਼ਿਆਦਾ ਫੇਵਰੇਟ ਆ। ਤੇ ਅੱਜ ਬਣਾਇਆ ਵੀ ਅਸੀਂ ਬਹੁਤ ਦੇਰ ਬਾਅਦ ਆ ਨਾ। ਕਰੇਲੇ ਬਣਾਉਣੇ ਆ ਹੁਣ, ਤੂੰ ਕਰੇਲੇ ਕਿਹਾ ਮੈਨੂੰ, ਮੈਂ ਕਰੇਲੇ ਲੱਗੀ ਬਣਾਉਣ। ਪੋਹਾ ਤਾਂ ਖਾਣਾ, ਕਰੇਲੇ ਨੂੰ ਟਾਈਮ ਲੱਗਣਾ। ਕਰੇਲੇ ਮੈਂ ਨਮਕ ਲਗਾ ਕੇ ਰੱਖ ਦਿੱਤੇ ਆ, ਮੈਂ ਕਿਹਾ ਥੋੜਾ ਉਹਨਾਂ ਦਾ ਕੌੜਾ ਜਿਹਾ, ਕੱਟ ਕੇ ਬਣਾਉਣੇ ਆ। ਫੇਰ ਵੀ ਉਹਨੂੰ ਨਮਕ ਤੇ ਹਲਦੀ ਲਾ ਕੇ ਰੱਖ ਦੋ, ਉਹਨੂੰ ਤਾਂ ਫੇਰ ਕੌੜੇ ਘੱਟ ਬਣਦੇ ਆ। ਨਮਕ ਜ਼ਿਆਦਾ ਪਾਏ ਤੇ ਨਹੀਂ, ਕੁਛ ਨਹੀਂ, ਪਰ ਟੇਸਟ ਨਾ ਕੁਛ ਜ਼ਿਆਦਾ ਆ, ਕੁਛ ਵਿੱਚ ਕੁਛ ਨਹੀਂ ਆ। ਚੀਨੀ ਆ, ਨਿੰਬੂ ਆ, ਨਮਕ ਆ, ਹਰੀ ਮਿਰਚ ਆ, ਕੜੀ ਪੱਤਾ ਆ, ਸਰੋਂ। ਕੁਛ ਜ਼ਿਆਦਾ ਲੱਗ ਰਿਹਾ। ਤੂੰ ਬ੍ਰਸ਼ ਨਹੀਂ ਕੀਤਾ ਹੋਣਾ? ਕੀਤਾ, ਮੈਂ ਰੋਜ਼ ਕਰਦੀ ਆ ਬ੍ਰਸ਼, ਮੈਂ ਕੋ ਬ੍ਰਸ਼ ਕੀਤਾ ਨਾ ਰਹਿ ਨਹੀਂ ਜਾਂਦਾ। ਅੱਛਾ, ਮੂੰਹ ਦਾ ਟੇਸਟ ਗੰਦਾ ਹੁੰਦਾ। ਖਾਲਾ ਨਖਰੇ ਨਾ ਕਰ, ਬਸ ਖਾਲਾ। ਹੁਣ ਇਹਨੂੰ ਇਹਦਾ ਕੀ ਕਸੂਰ ਆ ਵਿਚਾਰੇ ਦਾ, ਖਾ ਨਹੀਂ ਹੋ ਰਿਹਾ। ਪੋਹਾ ਖਾਣ ਆ ਛੱਡ ਦਿੱਤਾ ਹੁਣ ਵਿਚਾਰਾ, ਪਤਾ ਨਹੀਂ ਇਹਦਾ ਕੀ ਕਸੂਰ ਸੀਗਾ। ਕਰੇਲੇ ਕੱਟ ਕੇ ਜਿਹੜੇ ਕਿ ਭੁੰਨੇ ਆ ਸ਼ਾਮ ਨੂੰ, ਆ ਰਿਹਾ ਥੋੜਾ ਜਿਹਾ ਪਨੀਰ ਜਿਹੜਾ ਜਾਊਗਾ ਪੋਹੇ। ਸਵੇਰ ਦਾ ਕੁਛ ਇੰਨਾ ਖਾਸ ਤਾਂ ਹੋਇਆ ਨੀ, ਕਿਉਂਕਿ ਮੈਂ ਸਿਰਫ ਆ ਸਵੇਰ ਦੀ ਸਟੱਡੀ ਕੀਤੀ ਆ, ਤੇ ਬਸ ਹੋਰ ਦਾ ਕੁਛ ਕੀਤਾ ਨੀ ਹੈਗਾ। ਰਿਆਜ਼ ਕੀਤਾ ਸੀ ਥੋੜਾ ਜਿਹਾ, ਫਿਰ ਸਟੱਡੀ ਕਰ ਰਹੀ ਹਾਂ, ਉਸ ਤੋਂ ਬਾਅਦ ਬਸ ਹੁਣ ਰੋਟੀ ਖਾ ਕੇ, ਉਸ ਤੋਂ ਬਾਅਦ ਮੈਂ ਮੰਮਾ ਦੇ ਸਿਰ ਤੇ ਓਇਲਿੰਗ ਕਰੂੰਗੀ, ਤੇ ਮੰਮਾ ਕੋਲ ਆਪਣੇ ਸਿਰ ਤੇ ਓਇਲਿੰਗ ਕਰਵਾਉਂਗੀ, ਕਿਉਂਕਿ ਮੇਰੇ ਬਾਲ ਜਿਹੜੇ ਨਾ ਕਾਫੀ ਰਫ ਰਫ ਜਿਹੇ ਹੋਏ ਪਏ ਆ, ਕਿਉਂਕਿ ਮੈਂ ਕਿੰਨੇ ਦਿਨਾਂ ਤੋਂ ਨਾ ਸਿਰ ਤੇ ਤੇਲ ਨਹੀਂ ਲਗਾਇਆ ਇਹਦੇ ਕਰਕੇ। ਤੇ ਬਸ ਹੁਣ ਮੈਂ ਪੋਹਾ ਖਾ ਕੇ, ਇਸ ਤੋਂ ਬਾਅਦ ਜਦੋਂ ਮੰਮਾ ਫ੍ਰੀ ਵਗੈਰਾ ਹੁੰਦੇ ਆ, ਮੰਮਾ ਦੇ ਸਿਰ ਤੋਂ ਓਇਲਿੰਗ ਕਰਕੇ ਆਪਣੇ ਸਿਰ ਤੋਂ ਓਇਲਿੰਗ ਕਰਵਾਉਂਗੀ। ਇਹ ਜਿੱਧਰ ਪੋਹਾ ਜਿਹੜਾ ਹੈਗਾ ਉਹ ਬਣ ਕੇ ਰੈਡੀ ਆ, ਇਹਦੇ ਵਿੱਚ ਮੰਮਾ ਨੇ ਪਾਈਆਂ ਵੈਜਿਸ ਥੋੜ੍ਹੀਆਂ ਬਹੁਤ, ਅਤੇ ਕੜੀ ਪੱਤਾ ਪਾਇਆ ਆ। ਕਈ ਲੋਕ ਇਹਦੇ ਉੱਤੇ ਨਾ ਸੌਸ ਪਾ ਕੇ ਖਾਣਾ ਪਸੰਦ ਕਰਦੇ ਆ, ਮੈਂ ਵੀ ਉਹਨਾਂ ਲੋਕਾਂ ਵਿੱਚੋਂ ਹੀ ਹਾਂ, ਮਤਲਬ ਮੈਂ ਖਾਂਦੀ ਹਾਂ ਸੌਸ ਪਾ ਕੇ ਰੇਅਰਲੀ, ਅੱਜ ਮੇਰਾ ਦਿਲ ਕਰ ਰਿਹਾ ਸੀ ਇਸ ਕਰਕੇ ਪਾ ਕੇ ਖਾਊਂਗੀ।
ਸਵਾ 6 ਹੋ ਚੁੱਕੇ ਆ ਤਾਂ ਮੈਂ ਕਰੇਲਿਆਂ ਨੂੰ ਨਮਕ ਲਾ ਕੇ ਰੱਖਿਆ ਨੂੰ ਕੋਈ ਅੱਧਾ ਘੰਟਾ ਹੋ ਗਿਆ ਹੈ ਤਾਂ ਮੈਂ ਹਜੇ ਥੋੜ੍ਹਾ ਰੁੱਕ ਕੇ ਬਣਾਉਂਗੀ ਕਿਉਂਕਿ ਥੋੜ੍ਹਾ ਕੜਵਾ ਪਾਣੀ ਜਿਹੜਾ ਉਹ ਨਿਕਲ ਜਾਂਦਾ ਹੈ। ਕੱਲ੍ਹ ਅਸੀਂ ਪੂਰੀ ਫੈਮਿਲੀ 'ਚ ਗਏ ਸੀਗੇ, ਸਾਨੂੰ ਇਨਵਾਈਟ ਕੀਤਾ ਸੀ, ਬਹੁਤ ਹੀ ਪਿਆਰ ਦੇ ਨਾਲ ਇਨਵਾਈਟ ਕੀਤਾ ਸੀਗਾ। ਸਾਡੇ ਭਾਬੀ ਜੀ ਆ ਇੱਕ, ਉਹਨਾਂ ਦਾ ਪਿੰਡ ਹੈ ਡਡਵਿੰਡੀ, ਕਪੂਰਥਲਾ ਤੋਂ ਅੱਗੇ ਸੁਲਤਾਨਪੁਰ ਤੋਂ ਪਹਿਲਾਂ, ਅਤੇ ਉੱਥੇ ਸੂਫੀ ਮਹਿਫਿਲ ਸੀ ਤਾਂ ਉੱਥੇ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਸੀਗਾ। ਅਤੇ ਅਸੀਂ ਘੱਟੋ ਘੱਟ ਕੋਈ 16-17 ਸਾਲ ਬਾਅਦ ਉੱਥੇ ਗਏ ਹਾਂ। ਬਹੁਤ ਵਧੀਆ ਲੱਗਾ, ਬਹੁਤ ਸਾਨੂੰ ਪਿਆਰ ਮਿਲਿਆ। ਬੱਚੇ ਵੀ ਹੁਣ ਵੱਡੇ ਹੋ ਗਏ, ਇਹਨਾਂ ਨੇ ਫਸਟ ਟਾਈਮ ਉੱਥੇ, ਮਹਿਕ ਤਾਂ ਇੰਨੀ ਖੁਸ਼ ਸੀ ਕਿ ਇਹਨੇ ਪਹਿਲੀ ਵਾਰੀ ਪਿੰਡ ਦੇਖਿਆ ਸੀਗਾ। ਸਾਡੇ ਬੱਚੇ ਗਏ ਸੀ, ਭਾਵਿਕਾ ਸੀ, ਜੀਆ ਸੀ, 20 ਸਾਲ ਪਹਿਲਾਂ ਜਿਨ੍ਹਾਂ ਨੂੰ ਅਸੀਂ ਮਿਲੇ ਸੀਗੇ, ਤਾਂ ਸਮਾਂ ਤਾਂ ਬਦਲ ਜਾਂਦਾ ਆ ਥੋੜ੍ਹੀ ਦੇਰ ਬਾਅਦ ਹੀ, ਇੰਨੇ ਸਾਲਾਂ ਬਾਅਦ ਅਸੀਂ ਮਿਲੇ ਤਾਂ ਸਭ ਕੁਝ ਚੇਂਜ ਹੋ ਚੁੱਕਾ ਸੀਗਾ। ਪਰ ਜਿਨ੍ਹਾਂ ਦੇ ਦਿਲ ਦੇ ਵਿੱਚ ਬਹੁਤ ਪਿਆਰ ਹੁੰਦਾ ਆ, ਰਿਸਪੈਕਟ ਹੁੰਦੀ ਆ, ਤਾਂ ਉਹ ਲੋਕ ਨਹੀਂ ਬਦਲਦੇ ਹੈਗੇ। ਤਾਂ ਕਾਫੀ ਜਣੇ ਸਾਨੂੰ ਕੱਲ੍ਹ ਉੱਥੇ ਮਿਲੇ ਆ, ਤਾਂ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਾ ਸਾਰਾ ਪ੍ਰੋਗਰਾਮ ਅਸੀਂ ਇੰਜੋਏ ਕਰਕੇ। ਤਾਂ ਅਸੀਂ ਕੱਲ੍ਹ ਇਸ ਟਾਈਮ ਆਏ ਸੀ ਅਸੀਂ ਵਾਪਸ, ਹਾਂ ਇਸ ਟਾਈਮ ਅਸੀਂ ਵਾਪਸ ਆਏ ਸੀ। ਕੱਲ੍ਹ ਅਸੀਂ 11 ਵਜੇ ਤੇ ਗਏ ਹੋਏ ਸੀ, ਘੰਟਾ ਸਵਾ ਘੰਟਾ ਜਾਂ ਡੇਢ ਘੰਟੇ ਦਾ ਰਸਤਾ ਹੋਊਗਾ। ਅਤੇ ਰਸਤਾ ਵੀ ਬੜਾ ਵਧੀਆ ਸੀ, ਮੌਸਮ ਵੀ ਸਾਥ ਦੇ ਗਿਆ, ਅਤੇ ਜਾਣਾ ਤਾਂ ਅਭੀ ਪਾਰਸ ਨੇ ਵੀ ਸੀ, ਪਰ ਉਹਨਾਂ ਨੂੰ ਐਮਰਜੈਂਸੀ ਜਿਹੜਾ ਹੈ ਕਿ ਨਹੀਂ ਜਾ ਹੋਇਆ ਕਿਸੇ ਕਾਰਨ ਕਰਕੇ, ਤਾਂ ਅਸੀਂ ਫਿਰ ਕਿਤੇ ਜ਼ਰੂਰ ਜਾਵਾਂਗੇ। ਸੋ ਸਾਨੂੰ ਬਹੁਤ ਵਧੀਆ ਲੱਗਾ ਉੱਥੇ ਜਾ ਕੇ। ਜਿੱਥੇ ਕੋਈ ਪਿਆਰ ਨਾਲ ਬੁਲਾਉਂਦਾ ਹੈ ਤਾਂ ਉੱਥੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ, ਬਾਕੀ ਬਿਨ ਬੁਲਾਏ ਤਾਂ ਕਿਤੇ ਵੀ ਨਹੀਂ ਜਾ ਕੇ ਆਪਣੀ ਜਿਹੜੀ ਹੈ ਸੈਲਫ ਰਿਸਪੈਕਟ ਆ ਉਹ ਬਿਲਕੁਲ ਵੀ ਗੁਆਉਣੀ ਨਹੀਂ ਚਾਹੀਦੀ ਹੈਗੀ। ਜਿੱਥੇ ਬੁਲਾਉਂਦਾ ਹੈ ਉੱਥੇ ਬੰਦਾ ਜਾਵੇ, ਜਿੱਥੇ ਕੋਈ ਨਹੀਂ ਬੁਲਾਉਂਦਾ ਤਾਂ ਉੱਥੇ ਜਾਣ ਦੀ ਕੋਈ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਕਹਿੰਦੇ ਹੁੰਦੇ ਆ ਨਾ ਕਿ ਜੇ ਕੋਈ ਇੱਕ ਕਦਮ ਅੱਗੇ ਵਧਾਉਂਦਾ ਹੈ ਤਾਂ 10 ਕਦਮ ਉਹਦੇ ਵੱਲ ਨੂੰ ਜਾਓ, ਤਾਂ ਜੇ ਕੋਈ ਇੱਕ ਕਦਮ ਖਿੱਚਦਾ ਹੈ ਤਾਂ 10 ਕਦਮ ਉਹਦੇ ਤੋਂ ਆਪਣੇ ਆਪ ਹੀ ਜਿਹੜਾ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੁੰਦੀ। ਮਹਿਕ ਦੇ ਪਾਪਾ ਦਾ ਥੋੜ੍ਹੀ ਦੇਰ ਪਹਿਲਾਂ ਫੋਨ ਆਇਆ ਸੀ, ਕਿਉਂਕਿ ਇੱਕ ਉਹਨਾਂ ਦੀ ਰੂਟੀਨ ਬਣੀ ਹੋਈ ਹੈ ਕਿ ਸਵੇਰੇ ਉੱਠ ਕੇ ਉਹ ਪੰਛੀਆਂ ਨੂੰ ਦਾਣਾ ਪਾਉਂਦੇ ਹੁੰਦੇ ਆ ਤਾਂ ਪਾਣੀ ਪਾਉਂਦੇ ਹੁੰਦੇ ਆ। ਅੱਜ ਉਹ ਭੁੱਲ ਗਏ ਸੀਗੇ, ਕਿਤੇ ਗਏ ਹੋਏ ਆ, ਅਤੇ ਹੁਣ ਉਹਨਾਂ ਦਾ ਫੋਨ ਆਇਆ ਕਿ ਟਾਈਮ ਤਾਂ ਹੋ ਗਿਆ 7, ਪਰ ਤੁਸੀਂ ਹੁਣੇ ਉੱਪਰ ਜਾਓ ਅਤੇ ਦਾਣਾ ਅਤੇ ਪਾਣੀ ਉੱਪਰ ਪਾ ਕੇ ਤਾਂ ਫਿਰ ਮੈਨੂੰ ਫੋਨ ਕਰੋ। ਅਤੇ ਹੁਣ ਸਾਡੀ ਇਹ ਡਿਊਟੀ ਲੱਗੀ ਆ ਤਾਂ ਹੁਣ ਅਸੀਂ ਉੱਪਰ ਜਾਵਾਂਗੇ। ਮਹਿਕ ਗਈ ਆਪਣਾ ਫੇਸ ਵਾਸ਼ ਕਰਨ ਕਿਉਂਕਿ ਉਹਨੇ ਬੇਸਣ ਲਗਾਇਆ ਹੋਇਆ ਸੀਗਾ, ਅਤੇ ਹੁਣ ਉੱਪਰ ਆਪਾਂ ਛੱਤ 'ਤੇ ਚੱਲਦੇ ਹਾਂ ਅਤੇ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਆਉਂਦੇ ਹਾਂ। ਕਰੇਲਿਆਂ ਨੂੰ ਫਰਾਈ ਹੋਣਾ ਮੈਂ ਰੱਖ ਦਿੱਤਾ ਹੈ, ਅਤੇ ਜਦ ਤੱਕ ਇੱਕ ਹੋਰ ਕੰਮ ਆ ਜਿਹੜਾ ਕਿ ਬਹੁਤ ਜ਼ਰੂਰੀ ਹੈ, ਉਹ ਮੈਨੂੰ ਕਰਨ ਵਾਸਤੇ ਉੱਪਰ ਛੱਤ ਦੇ ਉੱਪਰ ਜਾਣਾ ਪੈਣਾ ਹੈ ਗੈਸ ਨੂੰ ਘੱਟ ਕਰਕੇ, ਅਤੇ ਆਪਾਂ ਚੱਲਦੇ ਹਾਂ ਹੁਣ ਛੱਤ 'ਤੇ। ਇਹ ਰਿਹਾ ਪਾਣੀ, ਇਹ ਰਿਹਾ ਦਾਣਾ, ਅਤੇ ਸਾਕਸ਼ੀ ਆਲ ਫੜ। ਪਾ ਦੇ ਨਾ ਸਾਈਡਾਂ 'ਤੇ, ਮੈਂ ਮੋਟਰ ਬੰਦ ਕਰਤੀ ਇਨਕ ਤਾਂ ਲਿਆਉਣੇ। ਚਲੋ ਗਰਦਨ ਦੇ ਉੱਤੇ ਮੂੰਹ ਧੋ ਕੇ ਆ ਗਈ ਆ, ਤਾਂ ਗਰਦਨ ਦੇ ਉੱਤੇ ਲੱਗਾ ਹੋਇਆ ਬੇਸਣ। ਚੱਲ ਦਾਣੇ ਪਾ ਫਟਾਫਟ ਸਾਕਸ਼ੀ। ਉਹ ਦੇਖ ਪੇੜ ਦੇ ਪਿੱਛੇ ਨਾ ਸੂਰਜ ਦੀ ਲਾਈਟ ਆਉਂਦੀ ਵੀ ਔਰੇਂਜ ਜਿਹੀ, ਉਹ ਦੇਖ ਨਾ ਇੱਥੇ ਪਾ ਦੇ ਅੰਧਾਰੇ ਉੱਤੇ। ਸਵੇਰੇ ਪਾ ਜਾਂਦੇ ਇਹਦੇ ਪਾਪਾ, ਅਤੇ ਅੱਜ ਉਹਨਾਂ ਨੂੰ ਯਾਦ ਭੁੱਲ ਗਿਆ, ਅਤੇ ਕਹਿੰਦੇ ਪਾ ਕੇ ਨਾ ਮੈਨੂੰ ਫੋਨ ਕਰੋ ਕਿ ਪਾ ਦਿੱਤਾ ਆ। ਇਹ ਕੰਮ ਆ ਜਿਹੜਾ, ਇਹ ਤਾਂ ਸਾਰਿਆਂ ਨੂੰ ਹੀ ਕਰਨਾ ਚਾਹੀਦਾ, ਕਿਉਂਕਿ ਪੰਛੀ ਆ ਜਿਹੜੇ ਵਿਚਾਰੇ ਬੇਜ਼ੁਬਾਨ ਹੁੰਦੇ ਆ, ਉਹਨਾਂ ਨੇ ਕਹਿਣਾ ਤਾਂ ਹੁੰਦਾ ਨਹੀਂ ਹੈਗਾ ਕਿ ਅਸੀਂ ਪੋਹਾ ਖਾਣਾ ਆ ਜਾਂ ਅਸੀਂ ਢੋਕਲਾ ਖਾਣਾ ਆ। ਠੀਕ ਆ, ਇਹ ਸਾਡੇ ਜਲੰਧਰ ਦਾ ਬੁਰਜ ਖਲੀਫਾ। ਪਾਣੀ ਚੱਕ ਬੋਤਲ।
ਡੋਲ ਦੇ ਇਹਨੂੰ ਇੱਦਾਂ ਹੀ ਡੋਲ ਦੇ ਸਾਈਡ ਤੇ ਪਾ ਦੇ ਪਾਣੀ ਫਟਾਫਟ ਪਾ ਦਈਏ ਥੋੜਾ ਜਿਹਾ ਪਾਗਲ ਕੁੜੀ ਪਾਗਲ ਪਨ ਨਹੀਂ ਹੈਗਾ ਇਹ ਬੇਵਕੂਫ ਮੇਰਾ ਤਾਂ ਝਾੜੂ ਵੀ ਗਿੱਲਾ ਹੋ ਜਾਣਾ ਆ ਫੁੱਲ ਝਾੜੂ ਆ ਪਤਾ ਨਹੀਂ ਕਿਹਦਾ ਦੇਖੋ ਚੋਗਾ ਖਾਣ ਆ ਰਿਹਾ ਦੇਖੋ ਉਹ ਸਪੈਰੋ ਹੈ ਉਹ ਰਿਹਾ ਕਾਂ ਉਹ ਦੇਖੋ ਉੱਪਰ ਕਾਂ ਜਾ ਰਿਹਾ ਭਾਈ ਨੀਚੇ ਆ ਜਾ ਹਨੇਰਾ ਹੋਣਾ ਗਾ ਇਹ ਸ਼ੁਰੂ ਹੋ ਚੁੱਕਾ ਆ ਓ ਕਿੰਨੇ ਹੀ ਆ ਗਏ ਇਹ ਕਾਂ ਹੀ ਕਾਂ ਆ ਯਾਰ ਆ ਰਹੀ ਸਪੈਰੋ ਉਧਰ ਮੰਮਾ ਨਿਕਾਲ ਰਹੇ ਹੈ ਝਾੜੂ ਦੋਸਤੋ ਆਪ ਦੇਖ ਸਕਦੇ ਹੋ ਪਿੱਛੇ ਹੋ ਜਾ ਵੈਸੇ ਤਾਂ ਉਧਰੋਂ ਕਰਤਾ ਮੈਂ ਸਾਰਾ ਇਸ ਮੈਨੇ ਆਜ ਲਗਾਇਆ ਹੈ ਮੂੰਹ ਤੇ ਬੇਸਨ ਮੂੰਹ ਤੇ ਲਗਾਇਆ ਸੀ ਉਹ ਤਾਂ ਧੋ ਲਿਆ ਹੈ ਮੈਂ ਮੂੰਹ ਤੇ ਹੁਣ ਮੈਂ ਗਰਦਨ ਤੇ ਲਗਾਇਆ ਹੁਣ ਮੈਂ ਨਹਾਉਣ ਜਾਊਂਗੀ ਤੇ ਆ ਕੀ ਹੋ ਗਿਆ ਇਹਨੂੰ ਸੋ ਗਾਇਸ ਛੱਤ 'ਤੇ ਨਾ ਮੌਸਮ ਜਿਹੜਾ ਕਾਫੀ ਵਧੀਆ ਆ ਅਤੇ ਹੁਣੇ ਆਪਾਂ ਦਾਣਾ ਪਾਣੀ ਪਾ ਕੇ ਹਟੇ ਹਾਂ ਚਿੜੀਆਂ ਦਾ ਅਤੇ ਮੰਮੀ ਹੁਣ ਫੇਰਦੇ ਪਏ ਆ ਇੱਥੇ ਝਾੜੂ ਕੂੜਾ ਇੱਕ ਸਾਈਡ ਕਰਕੇ ਲਗਾ ਦਿੰਦੇ ਹਾਂ ਨਾ ਤਾਂ ਫਿਰ ਡਸਟਪੈਨ ਲਿਆ ਕੇ ਇਹਨੂੰ ਸੁੱਟ ਦਾਂਗੇ ਵੈਸੇ ਅੱਜ ਕਾਫੀ ਦਿਨਾਂ ਦੇ ਬਾਅਦ ਮੈਂ ਉੱਪਰ ਆਈ ਹਾਂ ਇਸ ਟਾਈਮ ਤੇ ਇਸ ਟਾਈਮ ਵੈਸੇ ਮੌਸਮ ਤਾਂ ਉੱਪਰ ਸੈਰ ਕਰਨ ਵਾਲਾ ਹੁੰਦਾ ਆ ਪਰ ਨੀਅਤ ਹੋਣੀ ਚਾਹੀਦੀ ਆ ਜਿਹੜੀ ਉਹ ਹੈ ਨਹੀਂ ਅਜੇ ਮੇਰੀ ਵੀ ਨਹੀਂ ਆਉਣੀ ਕੋਈ ਗੱਲ ਨਹੀਂ ਜਦੋਂ ਠੰਡ ਆਣੀ ਆ ਨਾ ਨਾਮ ਹੀ ਨਹੀਂ ਲੈ ਰਹੀ ਜਦੋਂ ਠੰਡ ਆ ਗਈ ਨਾ ਫਿਰ ਤੁਸੀਂ ਕਹਿੰਦੇ ਠੰਡ ਜਾਣ ਦਾ ਨਾਮ ਨਹੀਂ ਪਰ ਗਰਮੀ ਦਾ ਜਿਹੜਾ ਟਾਈਮ ਹੁੰਦਾ ਨਾ ਬਹੁਤ ਜ਼ਿਆਦਾ ਲੰਬਾ ਹੁੰਦਾ ਹੈਗਾ ਆ ਪਰ ਅੱਜ ਮੌਸਮ ਠੀਕ ਹੈ ਫਿਰ ਵੀ ਠੀਕ ਆ ਅੱਜ ਸਵੇਰ ਦਾ ਹੀ ਕੁਛ ਠੀਕ ਆ ਕੱਲ੍ਹ ਵੀ ਜਦੋਂ ਆਪਾਂ ਵਾਪਸ ਆਏ ਸੀ ਤਾਂ ਮੌਸਮ ਕਾਫੀ ਠੀਕ ਹੋ ਗਿਆ ਸੀ ਸਾਨੂੰ ਤਾਂ ਇਹ ਲੱਗਦਾ ਸੀ ਕਿ ਰਸਤੇ ਦੇ ਵਿੱਚ ਸਾਨੂੰ ਬਾਰਿਸ਼ ਨੇ ਘੇਰ ਲੈਣਾ ਪਰ ਠੀਕ ਰਿਹਾ ਮੌਸਮ ਵਧੀਆ ਰਿਹਾ ਅਤੇ ਹੁਣ ਵੀ ਜਿਹੜਾ ਮੌਸਮ ਕਾਫੀ ਵਧੀਆ ਹੈ ਦੇਖੋ ਕਿੰਨਾ ਸੋਹਣਾ ਵਿਊ ਲੱਗਦਾ ਇਸ ਟਾਈਮ ਉੱਪਰ ਵਧੀਆ ਲੱਗਦਾ ਸਾਰੇ ਪਾਸੇ ਹਵਾ ਚੱਲਦੀ ਪਈ ਹੈ ਅੱਜ ਅਤੇ ਵਧੀਆ ਮੌਸਮ ਆ ਹੈ ਨਾ ਅਤੇ ਹੁਣ ਸਾਨੂੰ ਵੈਸੇ ਨੀਚੇ ਜਾਣਾ ਚਾਹੀਦਾ ਕਿਉਂਕਿ ਅਸੀਂ ਰੱਖ ਕੇ ਆਏ ਹੋਏ ਕਰੇਲੇ ਕਰੇਲਿਆਂ ਦਾ ਕੁਛ ਹੋਰ ਨਾ ਬਣ ਜਾਏ ਚੱਲੀਏ ਥੱਲੇ ਚੱਕੋ ਝਾੜੂ ਬੋਤਲ ਕਿੱਥੇ ਬੋਤਲ ਵੀ ਲੈ ਕੇ ਆ ਇਸਕੋ ਦੇਖ ਲਓ ਭਾਈ ਸਾਹਿਬ ਇਸਕੋ ਦੇਖ ਲਓ ਮੈਂ ਬ੍ਰਾਈਟਨੈਸ ਬੜਾ ਦਿੱਤੀ ਹੂੰ ਇਸਕੋ ਦੇਖ ਲਓ ਜ਼ਿਆਦਾ ਹੀ ਵਧਾ ਦਿੱਤੀ ਹੈ ਚਲੋ ਬੋਤਲ ਚੱਕ ਕੇ ਲਿਆ ਝਾੜੂ ਵੀ ਲਿਆ ਤੁਸੀਂ ਚੱਕ ਕੇ ਲਿਆ ਸੀ ਤੁਸੀਂ ਚੱਕ ਕੇ ਲਿਆ ਲਿਆ ਜਲਦੀ ਕਰੇਲੇ ਰੱਖੇ ਆਈ ਹੋਈ ਆ ਉੱਪਰ ਮੈਂ ਤੇ ਬਸ ਉਹ ਵੀ ਬਣਨ ਵਾਲੀ ਆ ਜਲਦੀ ਲਿਆ ਪਾਣੀ ਜਿਹੜਾ ਸੀਗਾ ਉਹ ਵੀ ਡੋਲ ਦਿੱਤਾ ਉਹ ਵੀ ਉਹਦੇ ਵਿੱਚ ਹੀ ਪਾ ਦਿੰਦੀ ਚੱਲ ਝਾੜੂ ਲੈ ਨਹੀਂ ਤਾਂ ਸਵੇਰੇ ਫਿਰ ਸੈਰ ਕਰਨੀ ਪੈਣੀ ਉੱਪਰ ਆਉਣਾ ਪੈਣਾ ਇੰਨਾ ਝਾੜੂ ਲੈਣ ਵਾਸਤੇ ਤੁਹਾਡੇ ਕੋਲ ਆਇਆ ਨਹੀਂ ਜਾਂਦਾ ਕਿੰਨੇ ਸੀਗਾ ਨਹੀਂ ਹੁਣ ਵੀ ਇਹ ਤਾਂ ਕੰਮ ਸ਼ੁਰੂ ਕਰਨਾ ਪੈਣਾ ਹੁਣ ਸੈਰ ਥੋੜੀ ਕਰਨੀ ਉਮਰ ਤਾਂ ਹੋ ਗਈ ਆ ਪਰ ਕੋਈ ਗੱਲ ਨਹੀਂ ਹਾਂ ਨਹੀਂ ਤੂੰ ਕਿਹਾ ਨਾ ਉਮਰ ਹੋ ਗਈ ਆ ਉਮਰ ਤੇਰੀ ਹੋਈ ਆ ਮੇਰੀ ਨਹੀਂ ਹੋਈ ਵਜਣ ਵਾਲੇ ਆ 8 ਤੇ ਮੈਂ ਸਿਰ ਤੇ ਕਰਕੇ ਹਟੀ ਸੀ ਖੂਬ ਸਾਰੀ ਓਇਲਿੰਗ ਤੇ ਮੈਂ ਨਾ ਇੱਦਾਂ
ਮਿੰਡੀਆਂ ਹੀ ਕਰ ਲਈਆਂ ਅੱਗਿਓਂ ਦੀ ਟਾਈਟ ਕਰਕੇ ਕਿਉਂਕਿ ਮੇਰੇ ਵਾਲ ਬਾਹਰ ਨਾ ਨਿਕਲਣ। ਐਕਚੁਲੀ ਮੇਰੇ ਨਾ ਅੱਗੇ ਬੇਬੀ ਹੇਅਰ ਜਿਹੜੀ ਇੱਥੇ ਗਰੋਥ ਹੋ ਰਹੀ ਹੈ ਕਾਫੀ, ਤਾਂ ਕਰਕੇ ਮੈਂ ਉਹਨਾਂ ਨੂੰ ਨਾ ਹਜੇ ਚੰਗੀ ਤਰ੍ਹਾਂ ਉਹਨਾਂ ਦੀ ਡਾਇਟ ਵਗੈਰਾ ਦੇ ਰਹੀ ਹਾਂ ਕਿ ਉਹ ਗਰੋ ਹੋ ਜਾਣ ਵਧੀਆ ਤਰੀਕੇ ਨਾਲ। ਅਤੇ ਫਿਰ ਮੈਂ ਇੱਦਾਂ ਕਰ ਲਈ ਹੋਈ ਹੈ ਗੁੱਤ ਗੁੰਦ ਲਈ ਰਾ, ਅਤੇ ਇਹਦੇ ਨਾਲ ਕੀ ਹੈ ਬਾਲ ਨਹੀਂ ਚੜਨਗੇ ਅਤੇ ਰਫ ਨਹੀਂ ਹੋਣਗੇ। ਸੋ ਮੰਮਾ ਨੇ ਹੁਣ ਕਰੇਲੇ ਬਣਾ ਲਏ ਹੋਏ ਆ, ਫ੍ਰੀ ਹੋ ਕੇ ਬੈਠੇ ਹੋਏ ਸੀਗੇ, ਅਤੇ ਮੈਂ ਕਰ ਰਹੀ ਸੀਗੀ ਆਪਣੀ ਸਟੱਡੀ। ਅਤੇ ਪਾਪਾ ਜਦੋਂ ਆਉਣਗੇ ਰੋਟੀ ਮੈਂ ਉਦੋਂ ਖਾਊਂਗੀ, ਕਿਉਂਕਿ ਮੈਂ ਰੋਟੀ ਪਾਪਾ ਦੇ ਨਾਲ ਖਾਂਦੀ ਹਾਂ। ਅਤੇ ਕਿਉਂਕਿ ਅੱਜ ਅਭੀ ਭਾਜੀ ਵੀ ਨਹੀਂ ਹੈਗੇ, ਬਾਰਿਸ਼ ਭਾਜੀ ਵੀ ਨਹੀਂ ਹੈਗੇ, ਸੋ ਇਸ ਕਰਕੇ ਮੈਂ ਰੋਟੀ ਪਾਪਾ ਨਾਲ ਖਾਊਂਗੀ। ਫਿਲਹਾਲ ਆਪਾਂ ਇੱਥੇ ਕਰਦੇ ਹਾਂ ਵਲੋਗ ਦਾ ਐਂਡ, ਅਤੇ ਮਿਲਾਂਗੇ ਕੱਲ੍ਹ ਹੀ ਤੁਹਾਨੂੰ ਇੱਕ ਨਿਊ ਵਲੋਗ ਦੇ ਨਾਲ। ਐਂਡ ਅੱਜ ਦਾ ਵਲੋਗ ਜੇ ਵਧੀਆ ਲੱਗਿਆ ਹੋਵੇ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਜਾਣ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਐਂਡ ਮੈਂ ਇੰਸਟਾ ਦਾ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੁੰਦਾ, ਉਹ ਤੁਸੀਂ ਜ਼ਰੂਰ ਜਾ ਕੇ ਦੇਖਿਓ। ਐਂਡ ਜੇ ਮੇਰਾ ਪਿਛਲਾ ਵਲੋਗ ਕਿਸੇ ਨੇ ਨਹੀਂ ਦੇਖਿਆ ਤਾਂ ਉਹ ਜ਼ਰੂਰ ਜਾ ਕੇ ਦੇਖੋ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਬਾਏ ਬਾਏ।